ਹਰਵਿੰਦਰ ਪੰਡਾਲ ਦਾ ਨਾਵਲ ਮੈਲੀ ਮਿੱਟੀ ਦਾ ਦੂਸਰਾ ਭਾਗ ਉਡਾਰੀ ਦਾ ਅਗਲਾ ਅੰਸ਼ ਕਰਪਲਾ ਹੋ ਭਲਾ ਅੰਤ ਭਲੇ ਦਾ ਭਲਾ ਸਭ ਦਾ ਭਲਾ ਤੇਰੇਆਂ ਬੱਚਿਆਂ ਦਾ ਭਲਾ ਧਰਮ ਦੀ ਜੈ ਜੈਕਾਰ ਚੱਲਦੇ ਰਹਿਣ ਤੇਰੇ ਕੰਮਕਾਰ ਗਣੇਸ਼ ਮਹਾਦੇਵ ਦਸਵੀਂ ਪਾਤਸ਼ਾਹੀ ਉਸ ਖੁਦਾ ਦੀ ਰਹਿਮਤ ਦੁੱਦੀ ਨਹਾ ਪੁੱਤੀ ਫੜਾ ਬੱਚਿਆਂ ਵਾਲਿਆ ਧਰਮਾਂ ਸੱਚਿਆਂ ਵਾਲਿਆ ਦੇਂਦੇ ਮਾਈ ਅਨ ਬਾਬੇ ਨੂੰ ਅਫਸਰਪੁੱਤ ਜੀਂਦੇ ਵਾਸਤੇ ਰਹਿਣ ਸਦਾ ਖੁਸ਼ਵੰਦ ਖਾਸ ਰਿਦਮ ਚੋ ਚਾਰੀਆਂ ਜਾ ਰਹੀਆਂ ਅਸੀਸਾਂ ਵਾਲੀ ਇਸ ਬਰੀਕ ਆਵਾਜ਼ ਨੂੰ ਪਛਾਣਦਾ ਸੀ ਇਹ ਬੁੱਢਾ ਭਿਖਾਰੀ ਉਹਨਾਂ ਦੀ ਗਲੀ ਵਿੱਚ ਵੀ ਆਉਂਦਾ ਹੈ ਉਹ ਸ਼ਨੀ ਦੇ ਨਾਂ ਉੱਤੇ ਭੀਖ ਨਹੀਂ ਮੰਗਦਾ ਪਰ ਅਕਸਰ ਆਉਂਦਾ ਸਨੇਚਰਵਾਰੀ ਪਰ ਅੱਜ ਸਨੇਚਰਵਾਰ ਨਹੀਂ ਸ਼ੁੱਕਰਵਾਰ ਹੈ ਉਹ ਸੋਚਦਾ ਹੈ ਹੋ ਸਕਦਾ ਹੈ ਭਿਖਾਰੀ ਹੋਰ ਦਿਨਾਂ ਵਿੱਚ ਵੀ ਆਉਂਦਾ ਹੋਵੇ ਉਹਨੇ ਇਹਨੂੰ ਸਿਰਫ ਸਨੇਚਰਵਾਰ ਦੇਖਿਆ ਹੋਵੇ ਕਵਿਤਾ ਹਮੇਸ਼ਾ ਸਨੇਚਰਵਾਰ ਨੂੰ ਸ਼ਨੀਵਾਰ ਆਖਦੀ ਹੈ ਪਰ ਉਹਦੀ ਜੀਭ ਉੱਤੇ ਸਨਿਚਰਵਾਰੀ ਚੰਬੜਿਆ ਹੋਇਆ ਜਿਵੇਂ ਉਹ ਪਿੰਡ ਆਖਿਆ ਕਰਦੇ ਸਨ ਸ਼ਬਦ ਉਹਦੋਂ ਬਦਲਦੇ ਹਨ ਜਦੋਂ ਤੁਹਾਡੀਆਂ ਸਥਿਤੀਆਂ ਤੇ ਤੁਹਾਡਾ ਸੋਚਣ ਦਾ ਤਰੀਕਾ ਬਦਲਦਾ ਖੁਸ਼ਵੰਤ ਨੂੰ ਪਤਾ ਹੈ ਕਿ ਹੁਣ ਉਹ ਉਹ ਖੁਸ਼ਵੰਤ ਨਹੀਂ ਜੋ ਪੀਰ ਸ਼ਾਇਨਾਦੀ ਮੇਰ ਵਾਲੇ ਪਿੰਡ ਰਹਿੰਦੇ ਹੁੰਦਾ ਸੀ ਪਰ ਪਿੰਡ ਦਾ ਇੱਕ ਹਿੱਸਾ ਤਾਂ ਅਜੇ ਵੀ ਉਹਦੀ ਜੀਭ ਉੱਤੇ ਉਵੇਂ ਹੀ ਪਿਆ ਹੈ ਕਈ ਵਾਰ ਇਹਦੇ ਵਿੱਚ ਵਿੱਚੋਂ ਪਿੰਡ ਵਾਲਾ ਸੁਆਦ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਬਰੀਕ ਆਵਾਜ਼ ਵਾਲਾ ਬੁੱਢਾ ਪਖਾਰੀ ਅਸੀਸਾਂ ਉਸੇ ਤਰ੍ਹਾਂ ਲੁਟਾ ਰਿਹਾ ਸੀ ਜਿਵੇਂ ਵਿਆਹ ਚ ਮੁੰਡੇ ਦਾ ਪਿਓ ਪਾਣ ਲਟਾਉਂਦਾ ਹੈ ਲੁੱਟਦਾ ਆਪਣਾ ਸਮਾਨ ਲੈ ਕੇ ਉਹ ਰੋਲ ਬਾਗ ਤੋਂ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਲੋਨੀ ਵੱਲ ਚਲਾ ਗਿਆ ਖੁਸ਼ਵੰਤ ਦੇ ਦਿਲ ਨੇ ਵੀ ਫਿਲਹਾਲ ਉਗੜ ਦੁਗੜੇ ਇੱਕ ਰੋਲ ਬਾਗ ਵਿੱਚ ਲਈ ਆਪਣੇ ਘਰ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ ਸ਼ਹਿਰ ਦੇ ਇਸ ਮੁਕਾਬਲ ਤਨ ਸ਼ਾਂਤ ਹਿੱਸੇ ਤੇ ਲੁੱਟਦੀਆਂ ਅਸੀਸਾਂ ਨੇ ਉਹਦੇ ਦਿਲ ਨੂੰ ਕੁਝ ਟਰਸ ਬਣਾਤੀ ਠੰਡੇ ਦਿਲ ਨੇ ਉਹਨੂੰ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਪਰ ਦੁਆਇਦੀ ਯਾਦ ਕਰਵਾਤੀ। ਬੇਸ਼ੱਕ ਉਹਨੇ ਆਪ ਖੁਸ਼ਵੰਤ ਨੂੰ ਫੋਨ ਨਹੀਂ ਸੀ ਕੀਤਾ ਪਰ ਹੁਣ ਜਦੋਂ ਖੁਸ਼ਵੰਤ ਦਾ ਤਾਪ ਲਗਭਗ ਲੱਥ ਗਿਆ ਸੀ ਉਹਦੇ ਮੂਡ ਬਾਰੇ ਜਾਣਨਾ ਜ਼ਰੂਰੀ ਸੀ। ਉਹਦਾ ਮੂਡ ਜਾਣ ਕੇ ਹੀ ਬਿਨਾਂ ਸੂਚਨਾ ਦਿੱਤੇਆਂ ਛੁੱਟੀ ਜਾਂ ਗੈਰ ਹਾਜ਼ਰੀ ਬਾਰੇ ਜਵਾਬ ਸੋਚਿਆ ਜਾ ਸਕਦਾ ਸੀ। ਉਹ ਘਰ ਵੱਲ ਜਾਂਦੇ ਮੋੜ ਤੋਂ ਉਲਟੇ ਦਿਸ਼ਾ ਵੱਲ ਮੁੜ ਗਿਆ। ਇਸੇ ਪਾਸੇ ਤਕਰੀਬਨ ਅੱਧਾ ਕਿਲੋਮੀਟਰ ਗਾਂ ਜਾ ਕੇ ਪ੍ਰੋਫੈਸਰ ਕਲੋਨੀ ਸ਼ੁਰੂ ਹੁੰਦੀ ਹੈ। ਇਸ ਵੇਲੇ ਜਗਦੀਸ਼ ਘਰੇ ਹੋਏਗਾ। ਉਹਨੂੰ ਆਸਤ ਹੈ ਹੀ ਸੀ। ਉਹ ਕਿਹੜਾ ਨਾਲ ਹੱਥ ਯੰਤਰ ਲੈ ਕੇ ਆਇਆ ਸੀ ਇਸ ਲਈ ਹੋਣ ਜਾਂ ਨਾ ਹੋਣ ਦੀ ਇਹ گاਉ ਜਾਣਕਾਰੀ ਨਹੀਂ ਸੀ ਮਿਲ ਸਕਦੀ ਇੱਕ ਵਾਰ ਘਰ ਜਾਣ ਪਿੱਛੋਂ ਪਤਾ ਨਹੀਂ ਕਵਿਤਾ ਨੇ ਉਹਨੂੰ ਜਾਣ ਦੇਣਾ ਸੀ ਜਾਂ ਨਹੀਂ ਕੁਝ ਸਮੇਂ ਤੋਂ ਕਵਿਤਾ ਦੇ ਕਿਸੇ ਵੀ ਮੂਡ ਬਾਰੇ گاਉਂ ਅੰਦਾਜ਼ਾ ਲਾਉਣਾ ਔਖਾ ਹੁੰਦਾ ਜਾ ਰਿਹਾ ਸੀ ਸ਼ਾਇਦ ਉਹ ਵੀ ਉਮਰ ਦੇ ਉਸ ਪੜਾਅ ਤੇ ਪਹੁੰਚ ਰਹੀ ਸੀ ਜਦੋਂ ਬੰਦੇ ਦੀ ਅੰਦਰਲੀ ਤੇ ਬਾਹਰਲੀ ਲਚਕ ਘਟ ਜਾਂਦੀ ਹੈ ਬੰਦਾ ਛੇਤੀ ਬੇਸਬਰਾ ਹੋਣ ਲੱਗਦਾ ਹੈ ਇਸ ਲਈ ਉਹਨੂੰ ਇਤਲਾਹ ਦਿੱਤੇ ਬਿਨਾਂ ਹੀ ਜਗਦੀਸ਼ ਤੇ ਘਰ ਜਾਣਾ ਠੀਕ ਸੀ ਵੈਸੇ ਵੀ ਉਸ ਵੇਲੇ ਸਰਗੇ ਦੀ ਮਨਪਸੰਦ ਕੋਈ ਸਬਜ਼ੀ-ਭਾਜੀ ਬਣਾਉਣ ਦੀ ਤਿਆਰੀ 'ਚ ਰੁੱਝੀ ਹੋएगी। देर ਹੋਣ ਦੀ सूरत ਵਿੱਚ ਜਗਦੀਸ਼ ਦੇ ਘਰੋਂ ਹੱਥ ਯੰਤਰ ਰਾਈ ਦੱਸਿਆ ਜਾ ਸਕਦਾ ਸੀ। ਉਹ ਪਹਿਲਾਂ ਵਾਲੀ ਚਾਲੀ ਪ੍ਰੋਫੈਸਰ ਕਲੋਨੀ ਵੱਲ ਜਾਂਦੀ ਸੜਕ ਉੱਤੇ ਤੁਰ ਪਿਆ। ਇਹ ਸੜਕ ਸ਼ਹਿਰ ਦੇ ਬਾਈਪਾਸ ਵੱਲ ਵੱਜੋਂ ਬਣਾਈ ਗਈ ਸੀ ਪਰ ਹੁਣ ਸੜਕ ਦੇ ਦੂਜੇ ਪਾਸੇ ਵੀ ਦੂਰ ਤੱਕ ਸ਼ਹਿਰ ਫੈਲ ਗਿਆ। ਇਸ ਲਈ ਹੁਣ ਇਹ ਬਾਈਪਾਸ ਦੀ ਬਜਾਏ ਇਨਪਾਸ ਹੀ ਬਣ ਚੁੱਕੀ ਹੈ। ਸੜਕ ਦੇ ਇਸ ਪਾਸੇ ਵਾਲੀ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਲੋਨੀ ਨੂੰ ਉਹਨੇ ਆਪਣੀ ਅੱਖਾਂ ਨਾਲ ਬਣਦੇ ਉੱصر ਦੇ ਵੇਖਿਆ ਹੈ ਤੇ ਜਦੋਂ ਕਾਲਜ ਪੜਨ ਸ਼ਹਿਰ ਆਇਆ ਤੇ ਬਣਨੀ ਸ਼ੁਰੂ ਹੀ ਹੋਈ ਸੀ ਇਹਦੀਆਂ ਖੁੱਲੀਆਂ ਸਾਫ ਸੜਕਾਂ ਤੇ ਖਾਲੀ ਪਲਾਟ ਇਹਨਾਂ ਨੂੰ ਆਪਣੇ ਵੱਲ ਖਿੱਚਦੇ ਲੱਗਦੇ ਇਸ ਲਈ ਉਹ ਅਕਸਰ ਬਿਨਾਂ ਕੰਮ ਤੋਂ ਇੱਧਰ ਗੇੜੀ ਮਾਰਨ ਆ ਜਾਂਦੇ ਖਾਸ ਕਰ ਸਿਆਲਾਂ ਵਿੱਚ ਜਦੋਂ ਖੁੱਲੀ ਧੁੱਪ ਚ ਟੈਲਣਾ ਚੰਗਾ ਲੱਗਦਾ ਮੁੰਡਿਆਂ ਦੇ ਦੋ ਗਰੁੱਪ ਆਪਸ ਵਿੱਚ ਕਿਸੇ ਗੱਲੋਂ ਖੇਬੜ ਪੈਂਦੇ ਤਾਂ ਇੱਕ ਦੂਜੇ ਨੂੰ ਦੇਖ ਲੈਣ ਦਾ ਟਾਈਮ ਇਸੇ ਕਲੋਨੀ ਦੇ ਖਾਲੀ ਮੈਦਾਨਾਂ 'ਚ ਦਿੰਦੇ। ਖੁਸ਼ਵੰਤ ਉਤੇ ਜਵਾਨੀ ਦੇ ਇਸ ਧਰਤੀ ਉਤੇ ਮਰਨ ਮਿੱਟੀ ਇੱਕੋ ਵੇਲੇ ਚੜੀ ਸੀ। ਉਦੋਂ ਹੀ ਕੁਝ ਕੁ ਵਰਿਆਂ ਦੇ ਅੰਤਰਾਲ ਚੱਗੜ ਪਿਛੜ ਤੇ ਕੁਝ ਜ਼ਰਾ ਹਟ ਕੇ ਕਈ ਘਟਨਾਵਾਂ ਇਸ ਸ਼ਹਿਰ ਦੇ ਆਸ-ਪਾਸ ਪਿੰਡਾਂ 'ਚ ਵਾਪਰ ਗਈਆਂ ਸਨ। ਖੁਸ਼ਵੰਤ ਨੂੰ ਕੁਝ ਯਾਦ ਹਨ ਜਿਵੇਂ ਜੀਟੀ ਰੋਡ ਤੋਂ ਫਿਰ ਸ਼ਾਇਨਾਇਦੀ ਮੇਰ ਵਾਲੇ ਪਿੰਡਾਂ ਦੀ ਸੜਕ ਉਤੇ ਬਸ ਤੋਂ ਇੱਕ ਫਿਰਕੇ ਦੇ ਲੋਕਾਂ ਨੂੰ ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਜਿਸ ਬਾਰੇ ਉਹਨਾਂ ਕੰਨੋਂ ਕੰਨੀ ਸੁਣਿਆ ਸੀ ਕਿ ਭੁੰਨਣ ਵਾਲਿਆਂ 'ਚ ਕਰਤਾਰਾ ਵੀ ਸ਼ਾਮਲ ਸੀ ਇੱਕ ਹੋਰ ਪਿੰਡ 'ਚ ਇੱਕੋ ਫਿਰਕੇ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰ ਲਿਆ ਗਿਆ ਫਿਰ ਬਿਨਾਂ ਕਿਸੇ ਵਿਤਕਰੇ ਦੇ ਗੋਲੀਆਂ ਮਾਰਤੀਆਂ ਗਈਆਂ ਕੁਝ ਪਿੰਡਾਂ 'ਚ ਇੱਕ ਫਿਰਕੇ ਦੇ ਲੋਕਾਂ ਨੂੰ ਇੱਕ ਹਫ਼ਤੇ ਅੰਦਰ ਪਿੰਡ ਛੱਡ ਕੇ ਦੌੜ ਜਾਣ ਦੀ ਧਮਕੀ ਮਿਲੀ ਸੀ ਪਿੰਡ ਛੱਡ ਕੇ ਜਾਣ ਤੱਕ ਪਿੰਡ ਛੱਡਣ ਵਾਲਿਆਂ ਨੇ ਕਿਸੇ ਨੂੰ ਇਸ ਧਮਕੀ ਦੀ ਪਿੰਖ ਨਹੀਂ ਸੀ ਪਹਿਣ ਦਿੱਤੀ ਵੀਰ ਸ਼ਾਇ ਨਾਇਦੀ ਮੇਰ ਵਾਲੇ ਪਿੰਡ ਦੇ ਗਵਾਂਢੀ ਪਿੰਡ ਵਿੱਚ ਇੱਕ ਪੁਰਾਣੇ ਬਦਮਾਸ਼ ਦੇ ਦੋ ਬੇਹੱਦ ਸਾਊ ਮੁੰਡਿਆਂ ਨੂੰ ਉਹਨਾਂ ਦੇ ਭੱਈਏ ਸਮੇਤ ਮਾਰ ਦਿੱਤਾ ਗਿਆ ਸੀ। ਇਹ ਘਟਨਾਵਾਂ ਦਾ ਪਤਾ ਨਹੀਂ ਯੋਜਨਾਬੱਧ ਸਨ ਜਾਂ ਨਹੀਂ ਪਰ ਇਹਨਾਂ ਦਾ ਨਤੀਜਾ ਇਹ ਨਿਕਲਿਆ ਕਿ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਲਣੀ ਤੇਜ਼ੀ ਨਾਲ ਵੱਸਣ ਲੱਗੀ। ਜਿਹੜੇ ਲੋਕ ਵੀ ਪਿੰਡ ਛੱਡ ਕੇ ਸ਼ਹਿਰ ਆ ਸਕਦੇ ਸਨ ਉਹ ਆ ਗਏ। ਬਾਕੀ ਪਿੰਡ ਚ ਰੇ ਮਿੱਟੀ ਲਾਲ ਹੋਣ ਦਾ ਇੰਤਜ਼ਾਰ ਕਰਦੇ ਰਹੇ। ਸ਼ਹਿਰ ਦੇ ਭੀੜੇ ਮੁਹੱਲਿਆਂ 'ਚ ਜੰਮੇ ਉਹ ਨੌਕਰੀ ਪੇਸ਼ਾ ਵੀ ਇਸ ਵਿੱਚ ਆ ਮਾਲਕ ਹੋਏ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਲਈ ਲਾਜ਼ਮੀ ਨੌਕਰੀ ਪੇਸ਼ਾ ਕੁੜੀ ਦੇਖੀ ਸੀ ਪੱਕੀ ਸਰਕਾਰੀ ਨੌਕਰੀ ਕਰਦੀ ਕੁੜੀ ਭਾਵੇਂ ਆਕਾਸ਼ 'ਚ ਲਟਕੀ ਹੋਈ ਸੀ ਜਾਂ ਪਤਾਲ 'ਚ ਲੁਕੀ ਸੀ ਉਹਨਾਂ ਲਾਭ ਹੀ ਲਈ ਸੀ ਵਿਆਹ ਪਿਛੋਂ ਵੱਡੀ ਕੋਠੀ ਦੀ ਮਾਲਕਣ ਬਣੀ ਉਹ ਕੁੜੀ ਹੁਣ ਦੋਹਰਾ ਕੰਮ ਕਰ ਰਹੀ ਸੀ ਟੱਬਰ ਨੂੰ ਰੋਟੀ ਪਕਾ ਕੇ ਖਵਾਉਣ ਦੇ ਨਾਲ ਨਾਲ ਉਹ 플ੌਟ ਦੀ ਕਿਸ਼ਤ ਵੀ ਅਦਾ ਕਰਦੀ ਸੀ ਤੇ ਕੁੜੀ ਦੇ ਖੋਜੀ ਸੱਸ ਸਹੁਰਿਆਂ ਨੂੰ ਆਪ ਹੀ ਦਿਨ ਰਾਤ ਆਪਣੇ ਆਪ ਨੂੰ ਥਾਪੜਾ ਦੇਣ ਦੀ ਆਦਤ ਹੋ ਗਈ ਸੀ ਇੰਨੇ ਲਾਭਦਾਇਕ ਨੂੰ ਲੱਭਣ ਵਾਲੇ ਉਹ ਕਿੰਨੇ ਸਿਆਣੇ ਮਾਂ-ਬਾਪ ਸਿੱਧ ਹੋਏ ਸਨ ਜਿਸ ਸੜਕ ਉੱਤੇ ਖੁਸ਼ਵੰਤ ਤੁਰਿਆ ਜਾ ਰਿਹਾ ਸੀ ਉਹ ਸੁਪਰ ਵੀ ਨਿਰੰਤਰ ਕਾਰਾਂ ਸਕੂਟਰ ਮੋਟਰਸਾਈਕਲਾਂ ਦੀ ਆਵਾਜ਼ ਆਵਾਜਾਈ ਸੀ ਕੋਈ ਵਿਰਲਾ ਟਾਵਾ ਟਰੱਕ ਜਾਂ ਬੱਸ ਵੀ ਦਿਸ ਜਾਂਦੀ ਸੀ ਬੱਸ ਟਰੱਕ ਕਰਕੇ ਵਿਸ਼ਵਾਸ ਹੁੰਦਾ ਸੀ ਕਿ ਬਾਈਪਾਸ ਹੈ ਇਹ ਸੜਕ ਉੱਤੇ ਤੁਰਦੇ ਹੰ ਖੁਸ਼ਵੰਤ ਨੂੰ ਡਰ ਨਹੀਂ ਸੀ ਲੱਗਦਾ ਕਿਉਂਕਿ ਸੜਕ ਦੇ ਦੋਵੇਂ ਪਾਸੇ ਪੈਦਲ ਚੱਲਣ ਵਾਲਿਆਂ ਲਈ ਕਾਫੀ ਕੱਚੀ ਜਗ੍ਹਾ ਸੀ ਤੇ ਜੇਕਰ ਤੁਹਾਨੂੰ ਜੁੱਤੀ ਗੰਦੀ ਹੋਣ ਦਾ ਫਿਕਰ ਨਾ ਹੋਵੇ ਤਾਂ ਤੁਸੀਂ ਆਪਣੀ ਸੁਪਨ ਦੁਨੀਆ ਦੇ ਨਾਲ ਨਾਲ ਇਸ ਰਾਹ ਉੱਤੇ ਵੀ ਕਿਸੇ ਹੱਦ ਤੱਕ ਸੁਰੱਖਿਅਤ ਮਹਿਸੂਸ ਕਰਦੇ ਟੈਲ ਸਕਦੇ ਹੋ ਇੱਥੇ ਚੁੰਗੀ ਉੱਤੇ ਲੋਕਾਂ ਦੀਆਂ ਰੋਜ਼ਮਰra ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਦੁਕਾਨਾਂ ਸਨ ਸ਼ਾਮ ਨੂੰ ਖਾਸ ਤੌਰ ਤੇ ਇੱਥੇ ਚਹਿਲ ਪਹਿਲ ਹੋ ਜਾਂਦੀ ਹੈ ਕੁਝ ਆਂਡਿਆਂ ਦੀਆਂ ਰੇੜੀਆਂ ਲੱਗ ਜਾਂਦੀਆਂ। ਸ਼ਰਾਬ ਪੀਣ ਤੇ ਨਾ ਪੀਣ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਰੇੜੀਆਂ ਦੁਆਲੇ ਝੁਰਮਟ ਪਾ ਲੈਂਦੇ ਐ। ਇੱਕ ਰੇੜੀ ਆਈਸਕ੍ਰੀਮ ਵੇਚਦੀ ਐ। ਇੱਕ ਉੱਤੇ ਗੋਲ ਗੱਪੇ ਮਿਲਦੇ ਐ। ਨਵੀਂ ਪੀੜੀ ਦੇ ਅੰਡੇ, ਪਾਵੇਂ ਪਾਓ 버ਗਰ। ਚੀਨੀ ਸੇਵੀਆਂ ਆਦਿ ਦੀਆਂ ਰੇੜੀਆਂ ਵੀ ਹਨ। ਹੁਣ ਇੱਕ ਹੋਰ ਰੇੜੀ ਵੀ ਲੱਗਦੀ ਐ ਜਿਹਨੂੰ ਸੋਇਆ ਚਾਂਪ ਕਹਿੰਦੇ ਹਨ। ਕੁਝ ਦਿਨ ਪਹਿਲਾਂ ਤੱਕ ਖੁਸ਼ਵੰਤ ਨੂੰ ਪਤਾ ਨਹੀਂ ਸੀ ਕਿ ਇਸ ਦੁਨੀਆ 'ਚ ਸੋਇਆ ਚਾਂਪ ਨਾਂ ਦੀ ਚੀਜ਼ ਵੀ ਖਾਣ ਲਈ ਬਣ ਚੁੱਕੀ ਐ। ਉਹਨੂੰ ਇੱਕ ਦੋ ਵਾਰ ਸਰਗੀ ਨੇ ਬਾਜ਼ਾਰੋਂ ਲਿਆ ਕੇ ਖਵਾਈ ਵੀ ਹੈ ਕਿ ਕੋਈ ਵੀ ਹੋਰ ਸ਼ਬਦ ਸੁਣ ਕੇ ਉਹਨੂੰ ਸੋਇਆ ਚਾਪ ਦਾ ਇਸ ਤਰ੍ਹਾਂ ਭੁਲੇਖਾ ਪੈ ਸਕਦਾ ਜਿਵੇਂ ਬਚਪਨ ਚ ਬਰਫੀ ਦਾ ਪਿਆਸ ਸੀ ਜਾਂ ਮਰਬੇ ਦਾ ਖੁਸ਼ਵੰਤ ਦਾ ਸਿਰ ਆਪੀ ਨਾਂ ਚ ਹਿਲ ਜਾਂਦਾ ਇਹਨਾਂ ਚੀਜ਼ਾਂ ਦਾ ਉਹ ਸੁਆਦ ਕਿੱਥੇ ਪਹਿਲੀ ਵਾਰ ਖਾ ਕੇ ਉਹਨੇ ਕਿਹਾ ਸੀ ਤੁਸੀਂ ਰਹਿਣ ਦਿਓ ਪਾਪਾ ਸਰਗੀ ਉਹਨੂੰ ਟੋਕਦੀ ਹੈ ਤੁਹਾਨੂੰ ਤਾਂ ਟੋਕਲੇ ਦਾ ਵੀ ਪਤਾ ਨਹੀਂ ਸੀ ਹੁੰਦਾ ਸਰਗੀ ਨੇ ਉਹਦੀ ਦੱਸੀ ਗੱਲ ਨਾਲ ਉਹਨੂੰ ਜਵਾਬ ਦਿੱਤਾ ਸੀ ਐਮੇ ਕਰਦੇ ਆ ਇੱਕ ਵਾਰ ਜਮਾਤ ਚ ਪਾਰਟੀ ਹੋ ਰਹੀ ਸੀ ਖਾਣ ਲਈ ਲਿਆਂਦੀਆਂ ਜਾਣ ਵਾਲੀਆਂ ਚੀਜ਼ਾਂ ਚ ਸ਼ਹਿਰੀ ਕੁੜੀਆਂ ਨੇ ਢੋਕਲੇ ਦਾ ਨਾਮ ਵੀ ਲਿਖ ਦਿੱਤਾ ਸੀ ਇਹ ਕੀ ਹੁੰਦਾ ਹੈ ਉੱਥੇ ਉਹਦੇ ਵਰਗੇ ਹੀ ਪਿੰਡੂ ਮੁੰਡੇ ਉਲਝ ਗਏ ਸੀ ਇਹ ਕੀ ਹੁੰਦਾ ਹੈ ਇਹਦੇ ਬਾਰੇ ਚਿੰਤਾ ਨਾ ਕਰੋ ਤੁਸੀਂ ਬਸ ਇਹ ਕਰਨਾ ਹੈ ਕਿ ਬਾਜ਼ਾਰ ਵਾਲੀ ਬਿਕਾਨੇਰੀ ਮਠਿਆਈਆਂ ਦੀ ਦੁਕਾਨ ਤੇ ਜਾਣਾ ਹੈ ਕਿ ਕਹਿਣਾ ਕਿ 1 ਕਿਲੋ ਢੋਕਲਾ ਦੇ ਦਿਓ ਫਿਰ ਉਹ ਜੋ ਵੀ ਦੇਣ ਲੈ ਕੇ ਆ ਜਾਣਾ ਬਸ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਇੱਕ ਸ਼ਹਿਰਨ ਕੁੜੀ ਨੇ ਉਹਨਾਂ ਦੀ ਅਗਿਆਨਤਾ ਦਾ ਮਜ਼ਾ ਲੈਂਦੇ ਆ ਸਮਝਾਇਆ ਸੀ ਉਦੋਂ ਵੀ ਬਾਜ਼ਾਰ ਵਾਲੀ ਬੀਕਾ ਨੇਰੀ ਮਠਿਆਈਆਂ ਦੀ ਦੁਕਾਨ ਤੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਸ ਦੁਨੀਆ 'ਚ ਢੋਕਲਾ ਨਾਂ ਦੀ ਚੀਜ਼ ਵੀ ਖਾਣ ਲਈ ਹੈ ਜਿਵੇਂ ਬਾਅਦ 'ਚ ਪਤਾ ਲੱਗਾ ਕਿ ਇਸ ਦੁਨੀਆ 'ਚ ਸੋਇਆ ਚਾਂਪ ਨਾਂ ਦੀ ਚੀਜ਼ ਵੀ ਖਾਣ ਲਈ ਬਣ ਚੁੱਕੀ ਹੈ ਖੁਸ਼ਵੰਤ ਨੇ ਆਲੇ ਦੁਆਲੇ ਝਾਤੀ ਮਾਰੀ ਰੇੜੀਆਂ ਵਾਲੇ ਜੇ ਆਪਣੀਆਂ ਅੰਗਠੀਆਂ ਮਹਾਰਜ ਆਪਦੇ ਸੀ ਉਹ ਵੇਲਾ ਹੀ ਹੋਣ ਹੀ ਵਾਲਾ ਸੀ ਜਦੋਂ ਲੋਕ ਆਪੋ ਆਪਣੀ ਦੁਨੀਆ ਨੂੰ ਕੁਝ ਸਹਿਣਯੋਗ ਬਣਾਉਣ ਲਈ ਇਹਨਾਂ ਰੇੜੀਆਂ ਉਦਵਾਲੇ ਚੁਰਮਟ ਪਾਉਂਦੇ ਆ ਗਿਆਨੀ ਦੀ ਦੁਕਾਨ ਉਹ ਜੀ ਖਾਲੀ ਸੀ ਜਿੱਥੇ ਬੈਠ ਕੇ ਲੋਕਾਂ ਨੂੰ दारू ਹਲਕ ਤੋਂ ਥੱਲੇ ਉਤਾਰਨ ਲਈ ਤਲੇ ਮੱਛੀ ਮਿਲ ਜਾਂਦੀ ਹੈ ਦਵਾਈਆਂ ਕਰਿਆਣਾ ਤੇ ਫਲ ਵੇਚਦੀਆਂ ਦੁਕਾਨਾਂ ਉੱਤੇ ਕੁਦਰਤੀ ਇਸ ਵੇਲੇ ਕੋਈ ਗਾਹਕ ਨਹੀਂ ਸੀ ਇਸ ਤੋਂ ਬਾਅਦ ਉਹਨੂੰ ਇਸ ਗੱਲ 'ਚ ਹੋਰ ਕੋਈ ਅਰਥ ਨਹੀਂ ਸੀ ਲੱਗਾ ਇਸ ਵੇਲੇ ਤਾਂ ਚੁੰਗੀ ਵਾਲੇ ਠੇਕੇ ਸਾਹਮਣੇ ਵੀ ਕੋਈ ਗਾਹਕ ਨਹੀਂ ਸੀ ਖੜਾ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਇਸ ਸ਼ਹਿਰ 'ਚ ਕੋਈ ਸ਼ਰਾਬ ਪੀਣ ਵਾਲਾ ਨਹੀਂ ਵੱਸਦਾ ਸ਼ਰਾਬ ਤੋਂ ਬਿਨਾ ਸ਼ਹਿਰ ਦੀ ਕਲਪਨਾ ਕਰਨੀ ਉਨੀ ਮੁਸ਼ਕਲ ਸੀ ਜਿਵੇਂ ਗੋਲ ਗੱਪਿਆਂ ਤੋਂ ਬਿਨਾ ਸ਼ਹਿਰ ਦੀਆਂ ਔਰਤਾਂ ਦੀ ਹੁਣੇ ਦੇਖਦੇ ਦੇਖਦੇ ਨਾ ਸਾਰੀਆਂ ਦੁਕਾਨਾਂ ਤੇ ਰੌਣਕ ਹੋ ਜਾਣੀ ਸੀ ਕੁਝ ਵਰਿਆਂ ਤੋਂ ਇਸ ਸੜਕ ਉੱਤੇ ਘੁੰਮਣ ਫਿਰਨ ਵਾਲਿਆਂ 'ਚ ਇੱਕ ਤਬਦੀਲੀ ਉਹਨੇ ਦੇਖੀ ਸੀ ਸ਼ਾਮ ਨੂੰ ਇਸ ਚੁੰਗੀ ਕੋਲ ਬਹੁਤ ਸਾਰੀਆਂ ਔਰਤਾਂ ਘੁੰਮਣ ਲੱਗੀਆਂ ਸਨ ਉਹਨਾਂ ਨੂੰ ਖੁਸ਼ਵੰਤ ਨੇ ਕਦੇ ਗੋਲ ਗੱਪੇ ਖਾਂਦਿਆਂ ਨਹੀਂ ਦੇਖਿਆ ਉਹਨਾਂ ਨੇ ਬਹੁਤੀ ਵਾਰ ਸਾੜੀ ਬੰਨੀ ਹੁੰਦੀ ਬੁੱਲਾ ਨੂੰ ਲਿਪਸਟਿਕ ਜ਼ਰੂਰ ਹੁੰਦੀ ਤੇ ਕਈ ਵਾਰ ਖੁਸ਼ਵੰਤ ਉਹਨਾਂ ਨੂੰ ਗੋਹ ਨਾਲ ਦੇਖ ਕੇ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕਰਦਾ ਉਹ ਪ੍ਰਵਾਸੀ ਮਜ਼ਦੂਰ ਦੀਆਂ ਔਰਤਾਂ ਜਾਪਦੀਆਂ ਹਨ ਕੁਝ ਦੇਰ ਘੁੰਮਣ ਪੇਛੋਂ ਕਿਸੇ ਸਕੂਟਰ ਮੋਟਰਸਾਈਕਲ ਵਾਲੇ ਨਾਲ ਜਾਂ ਕਦੇ-ਕਦੇ ਕਾਰ ਵਾਲੇ ਨਾਲ ਚਲੀਆਂ ਜਾਂਦੀਆਂ ਇੱਕ ਵਾਰ ਜਗਦੀਸ਼ ਨਾਲ ਗੱਲ ਹੋਣ ਤੇ ਉਹਦੀ ਟਿੱਪਣੀ ਸੀ ਭਾਈ ਜਾਨ ਇਸ ਸਾਡੇ ਸ਼ਹਿਰ ਦੀਆਂ ਆਮਰਪਾਲੀਆਂ ਆਈਆਂ ਵੀ ਉਧਰੋਂ ਹੀ ਆ ਵਿਸ਼ਾਲੀ ਵੱਲੋਂ ਖੁਸ਼ਵੰਤ ਨੂੰ ਇਹ ਤੁਲਨਾ ਕੁਝ ਦੂਰ ਦੀ ਲੱਗੀ ਸੀ ਪਰ ਜਗਦੀਸ਼ ਨੂੰ ਇਹਦਾ ਕੋਈ ਫਰਕ ਨਹੀਂ ਸੀ ਪੈਂਦਾ ਉਹ ਬਹੁਤੀਆਂ ਗੱਲਾਂ ਇਸੇ ਤਰ੍ਹਾਂ ਕਰਦਾ ਸੀ ਸੈਵਨ ਜੋ ਦੇ ਮੂੰਹ ਨਿਕਲ ਜਾਂਦਾ ਉਹੀ ਉਹਦਾ ਵਿਚਾਰ ਹੁੰਦਾ ਖੁਸ਼ਵੰਤ ਵਾਂਗ ਉਹ ਲੰਬੇ ਚੌੜੇ ਵਿਸ਼ਲੇਸ਼ਣਾਚ ਨਹੀਂ ਸੀ ਪੈਂਦਾ ਖੁਸ਼ਵੰਤ ਉਹਨਾਂ ਦੀ ਤੁਲਨਾ ਰੇਲਵੇ ਰੋਡ ਦੇ ਟਾਬੇ ਵਾਲੀਆਂ ਜਨਾਨੀਆਂ ਨਾਲ ਕਰਨ ਲੱਗਾ ਉਹਨੂੰ ਲੱਗਾ ਉੱਥੇ ਬੈਠਦੀਆਂ ਨੇੜੇ ਤੇੜੇ ਦੇ ਪਿੰਡਾਂ ਤੋਂ ਆਉਂਦੀਆਂ ਜਨਾਨੀਆਂ ਇਹਨਾਂ ਸਾੜੀ ਲਿਪਸਟਿਕ ਵਾਲੀਆਂ ਔਰਤਾਂ ਵਰਗੀਆਂ ਹੀ ਹੁੰਦੀਆਂ ਹਨ ਹੁਣ ਉਹ ਧਰਤੀ ਵੀ ਜਿਹਨੂੰ ਜਗਦੀਸ਼ ਨੇ ਸ਼ਾਇਦ ਮਜ਼ਾਕ ਵਿੱਚ ਹੀ ਵਿਸ਼ਾਲੀ ਕਿਹਾ ਸੀ ਇਸ ਸ਼ਹਿਰ ਦੇ ਉਨਾਂ ਹੀ ਨੇੜੇ ਹੈ ਪਿਛਲੇ ਵਰਿਆਂ ਨੇ ਧਰਤੀ ਉੱਤੇ فاਸਲੇ ਕੱਟ ਕੀਤੇ ਹਨ ਧਰਤੀਆਂ ਇੱਕ ਦੂਜੇ ਦੇ ਨੇੜੇ ਆਈਆਂ ਸਨ ਇੰਨੇ ਨੇੜੇ ਕਿ ਵਿਸ਼ਾਲੀ ਦੀ ਧਰਤੀ ਤੋਂ ਵੀ ਅਮਰਪਾਲੀਆਂ ਚੁੰਗੀ ਵਾਲੀ ਇਹ ਸੜਕ ਉੱਤੇ ਘੁੰਮਣ ਤੇ ਕਿਸੇ ਸਕੂਟਰ ਮੋਟਰਸਾਈਕਲ ਜਾਂ ਕਦੇ-ਕਦੇ ਕਾਰ ਵਾਲੇ ਨਾਲ ਜਾਣ ਲਈ ਆ ਸਕਦੀਆਂ ਸਨ। ਇਸੇ ਸੜਕ ਉੱਤੇ ਉਹਨੇ ਹਨੇਰੇ ਪਈ ਕੁਝ ਖੁਸਰੇ ਵੀ ਟਹਿਲਦੇ ਦੇਖੇ। ਕਈ ਵਾਰ ਉਹਨਾਂ ਨੂੰ ਰਾਘੀਰਾ ਨਾਲ ਲੜਦਿਆਂ ਵੀ ਉਹਨੇ ਤੱਕਿਆ। ਹਾਲਾਂਕਿ ਉਹਨਾਂ ਦੀ ਲੜਾਈ ਦਾ ਕਾਰਨ ਉਹਨੂੰ ਪਤਾ ਨਹੀਂ ਸੀ ਲੱਗ ਸਕਿਆ। ਖੁਸਰੇ ਵੀ ਉਹਨਾਂ ਪ੍ਰਾਣੀਆਂ 'ਚ ਸ਼ਾਮਲ ਸਨ ਜੋ ਖੁਸ਼ਵੰਤ ਨੂੰ ਹਮੇਸ਼ਾ ਰਹੱਸਮਈ ਲੱਗੇ ਹਨ। ਉਹ ਜ਼ਿੰਦਗੀ 'ਚ ਕਦੇ ਖੁਸਰਿਆਂ ਨੂੰ ਵੇਖ ਕੇ ਠੱਠਾ ਕਰਕੇ ਉਦੋਂ ਉਦਾਂ ਮਜ਼ਾ ਨਹੀਂ ਲੈ ਸਕਿਆ ਜਿਵੇਂ ਦੂਜੇ ਮੁੰਡੇ ਕਰਦੇ ਆ। ਕਾਲਜ ਪੜ੍ਹਦੇ ਆਂ ਕਈ ਮੁੰਡੇ ਖੁਸਰਿਆਂ ਨਾਲ ਸੌਣ ਦੀ ਵੀ ਸ਼ੇਖੀ ਮਾਰਿਆ ਕਰਦੇ ਸਨ ਤੇ ਗੱਲ ਸੁਣਾਉਂਦੇ ਆ ਲਤੀਫਾ ਸੁਣਾਉਣ ਵਾਂਗ ਹੱਸ ਪੈਂਦੇ ਸਨ ਖੁਸ਼ਵੰਤ ਉਹਨਾਂ ਨੂੰ ਦੇਖ ਕੇ ਉਸੇ ਤਰ੍ਹਾਂ ਤਰਸ ਨਾਲ ਭਰ ਜਾਂਦਾ ਸੀ ਜਿਵੇਂ ਤੁਸੀਂ ਕਿਸੇ ਅਪਾਹਜ ਨੂੰ ਵੇਖ ਕੇ ਪਸੀਜ ਜਾਂਦੇ ਹੋ ਤਰਸ ਤੋਂ ਇਲਾਵਾ ਉਹਦੇ ਅੰਦਰ ਬੇਚੈਨੀ ਜਿਹੀ ਵੀ ਪੈਦਾ ਹੁੰਦੀ ਉਹਨੂੰ ਖੁਸਰਿਆਂ ਤੋਂ ਡਰ ਲੱਗਣ ਲੱਗਦਾ ਉਹ ਛੇਤੀ ਛੇਤੀ ਉਹਨਾਂ ਤੋਂ ਦੂਰ ਹੋਣਾ ਚਾਹੁੰਦਾ ਜਿਵੇਂ ਹੁਣ ਖੁਸਰਿਆਂ ਦਾ ਖਿਆਲ ਆਉਣ ਉੱਤੇ ਉਹ ਸਾਹਮਣੇ ਦੇ ਰੈਸਟੋਰੈਂਟ ਤੰਦੂਰੀ ਬਾਈਟਸ ਦੀਆਂ ਰੌਸ਼ਨੀਆਂ ਵੱਲ ਦੇਖਣ ਲੱਗਾ। ਉਹਦਾ ਟੈਂਕੀ ਤੇ ਚੜਨ ਦਾ ਸ਼ੌਕੀਨ ਵਿਦਿਆਰਥੀ ਨਿਸ਼ਾਨ ਹੁਣ ਇਸੇ ਤੰਦੂਰੀ ਬਾਈਟਸ 'ਚ ਹੀ ਕੰਮ ਕਰਦਾ ਹੈ। ਸ਼ਹਿਰ ਦੇ ਕਈ ਹੋਰ ਰੈਸਟੋਰੈਂਟਾਂ ਵਿੱਚ ਫਿਰਨ ਪਿੱਛੋਂ ਪਿਛਲੇ 2 ਵਰਿਆਂ ਤੋਂ ਇੱਥੇ ਟਿਕਿਆ ਹੋਇਆ ਹੈ। ਉਹਨਾਂ ਦੇ ਕਾਲਜ ਤੋਂ ਬੀਏ ਕਰ ਰਿਹਾ ਸੀ ਜਦੋਂ ਡਿਗਰੀ ਵਿੱਚੇ ਛੱਡ ਕੇ ਸਰਕਾਰ ਦੀ ਕਿਸੇ ਸਕੀਮ ਵਿੱਚੋਂ ਸਕੂਲਾਂ ਵਿਰਵੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਸੈਂਟਰ 'ਚ ਲੱਗ ਗਿਆ। ਨਿਸ਼ਾਨ ਦਾ ਪਿਓ ਕਿਸੇ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਦਾ ਹੈ। ਮਾਂ ਸਰਕਾਰੀ ਸਕੂਲ 'ਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਪਕਾਉਂਦੀ ਹੈ। ਮਾਂ ਉੱਤੇ ਤਰਸ ਕਰਕੇ ਉਸ ਸਕੂਲ ਦੇ ਪ੍ਰਿੰਸੀਪਲ ਨੇ ਨਿਸ਼ਾਨ ਨੂੰ ਇਹ ਸੈਂਟਰ ਚਲਵਾ ਦਿੱਤਾ ਸੀ। ਇਹਨਾਂ ਸੈਂਟਰਾਂ 'ਚ ਨਿਸ਼ਾਨ ਵਰਗੇ ਗਰੀਬ ਘਰਾਂ ਦੇ ਬੇਰੋਜ਼ਗਾਰ ਮੁੰਡੇ, ਕੁੜੀਆਂ ਤੇ ਵਿਆਹੀਆਂ ਬਾਲ ਬੱਚੇ ਦਾਰਔਰਤਾਂ ਕੰਮ ਕਰਦੀਆਂ ਸਨ। ਤਨਖਾ ਇੰਨੀ ਘੱਟ ਸੀ ਕਿ ਮਹੀਨੇ ਦਾ ਘਰ ਵੀ ਕਰਦਾ ਆਟਾ ਵੀ ਨਹੀਂ ਸੀ ਖਰੀਦਿਆ ਜਾ ਸਕਦਾ ਆਖਰ ਸੈਂਟਰ ਵਾਲਿਆਂ ਨੇ ਯੂਨੀਅਨ ਬਣਾ ਲਈ ਤੇ ਸਰਕਾਰ ਤੋਂ ਪੱਕੀ ਨੌਕਰੀ ਮੰਗਣ ਲੱਗ ਪਏ ਪਰ ਇਸ ਧਰਤੀ ਦੀ ਸਰਕਾਰ ਇੰਨੀ ਸੌਖੀ ਤਰ੍ਹਾਂ ਨੌਕਰੀਆਂ ਨਹੀਂ ਦਿੰਦੀ ਖਾਸ ਤੌਰ ਤੇ ਜਦੋਂ ਤੁਸੀਂ ਸਰਕਾਰ ਦੇ ਰਿਸ਼ਤੇਦਾਰ ਵੀ ਨਾ ਹੋਵੋ ਇੱਕ ਦਿਨ ਨਿਸ਼ਾਨ ਆਪਣੀ ਯੂਨੀਅਨ ਦੀਆਂ ਤਿੰਨ ਔਰਤਾਂ ਤਿੰਨੋਂ 30 ਤੋਂ 40 ਵਰਿਆਂ ਦੀਆਂ ਹੁਣ ਕਰ ਕੁੜੀਆਂ ਨਹੀਂ ਔਰਤਾਂ ਸਨ ਸਮੇਤ ਸ਼ਹਿਰ ਦੇ ਸਿਵਲ ਹਸਪਤਾਲ ਅੰਦਰ ਬਣੀ ਪਾਣੀ ਦੀ ਟੈਂਕੀ ਤੇ ਚੜ ਗਿਆ ਹੋਰ ਸ਼ਹਿਰਾਂ ਵਿੱਚ ਵੀ ਉਹਨਾਂ ਦੇ ਸਾਥੀ ਉਹਨਾਂ ਵਾਂਗ ਹੀ ਟੈਂਕੀਆਂ ਦੇ ਚੜਨ ਦੀ ਕੋਸ਼ਿਸ਼ 'ਚ ਸਨ ਇਸ ਧਰਤੀ ਦੇ ਲੋਕਾਂ ਲਈ ਇਸ ਨਵੇਂ ਯੁੱਗ 'ਚ ਸੰਘਰਸ਼ ਦੇ ਨਵੇਂ ਤਰੀਕੇ ਸਨ ਸ਼ਾਇਦ ਇਸ ਧਰਤੀ ਦੀ ਸਰਕਾਰ ਨੇ ਹੜਤਾਲ ਨਾਰੇਬਾਜ਼ੀ ਮਜ਼ਾਹਰੀ ਰੈਲੀਆਂ ਭੁੱਖ ਹੜਤਾਲਾਂ ਤੋਂ ਡਰਨਾ ਛੱਡ ਦਿੱਤਾ ਸੀ ਭੁੱਖ ਹੜਤਾਲ ਵਿੱਚ ਤਾਂ ਬੰਦਾ ਕਈ ਕਈ ਹਫ਼ਤੇ ਨਹੀਂ ਮਰਦਾ ਹੜਤਾਲ ਨਾਰੇਬਾਜੀ ਮੁਜ਼ਾਹਰਤ ਰੈਲੀਆਂ ਲੋਕਾਂ ਲਈ ਤਮਾਸ਼ੇ ਤੋਂ ਵੱਧ ਕੁਝ ਨਹੀਂ ਹੁੰਦੇ ਸਰਕਾਰ ਉਹਨਾਂ ਦਾ ਕਿਉਂ ਫਿਕਰ ਕਰੇ ਉਂਝ ਵੀ ਸਰਕਾਰ ਕਿਹੜਾ ਕਿਸੇ ਦੂਜੇ ਮੁਲਕ ਦੀ ਸੀ ਲੋਕ ਅੰਗਰੇਜ਼ੋ ਭਾਰਤ ਛੱਡ ਜਾਓ ਵਾਂਗ ਸਰਕਾਰ ਨੂੰ ਮੁਲਕ ਨਿਕਲ ਜਾਣ ਲਈ ਆਖ ਦੇਣਗੇ ਇਸੇ ਲਈ ਇੱਕ ਦਿਨ ਨਿਸ਼ਾਨ ਜਦੋਂ ਆਪਣੀਆਂ ਯੂਨੀਅਨ ਦੀਆਂ ਤਿੰਨ ਔਰਤਾਂ ਸਮੇਤ ਸ਼ਹਿਰ ਦੇ ਸਿਵਲ ਹਸਪਤਾਲ ਅੰਦਰ ਬਣੀ ਪਾਣੀ ਦੀ ਟੈਂਕੀ ਉੱਤੇ ਚੜ੍ਹਿਆ ਤਾਂ ਉਹਨਾਂ ਦੇ ਹੱਥਾਂ 'ਚ ਤੇਲ ਦੀਆਂ ਬੋਤਲਾਂ ਤੇ ਮੱਚਸਾਂ ਸਨ ਹੜਤਾਲ ਨਾਰੇਬਾਜੀ ਮੁਜ਼ਾਹਰੀ ਰੈਲੀਆਂ ਭੁਖੜ ਹੜਤਾਲਾਂ ਤੋਂ ਨਾ ਡਰਨ ਵਾਲੀ ਸਰਕਾਰ ਨੂੰ ਅੱਗ ਤੋਂ ਜ਼ਰੂਰ ਡਰਨਾ ਪੈਣਾ ਸੀ ਤਿੰਨ ਔਰਤਾਂ 'ਚੋਂ ਇੱਕ ਜਿਹਦਾ ਨਾਂ ਰੇਖਾ ਰਾਣੀ ਸੀ ਜ਼ਿਆਦਾ ਹੀ ਭਾਵਕ ਹੋ ਗਈ ਰੇਖਾ ਦੇ ਦੋ ਛੋਟੇ-ਛੋਟੇ ਬੱਚੇ ਸਨ ਘਰ ਵਾਲਾ ਵਿਹਲਾ ਰਹਿਣ ਦਾ ਆਦੀ ਸੀ ਉਹਨੇ ਥੋੜੇ ਜਿਹੀ ਪੈਸਿਆਂ ਵਾਲੀ ਨੌਕਰੀ ਇਸ ਲਈ ਕੀਤੀ ਸੀ ਕਿਉਂਕਿ ਉਹਦੇ ਪਿਓ ਦਾ ਤਜਰਬਾ ਸੀ ਕਿ ਸਰਕਾਰੀ ਦਰਬਾਰੇ ਇੱਕ ਵਾਰੀ ਅੜ ਜਾਓ देर सवेर ਤੁਸੀਂ ਪੱਕੇ ਹੋਣਾ ਹੀ ਹੋਣਾ ਪਰ ਹੁਣ ਇਹ ਸਰਕਾਰ ਉਹਨਾਂ ਨੂੰ ਪੱਕੇ ਨਾ ਕਰਨ ਤੇ ਅੜ ਗਈ ਸੀ ਰੇਖਾ ਨੂੰ ਆਪਣੇ ਨਿਆਣੇ ਰੁੱਲਦੇ ਦਿਸਣ ਲੱਗ ਪਏ। ਰਾਤ ਨੂੰ ਉਹਨੂੰ ਭੜੇ-ਭੜੇ ਸੁਪਨੇ ਆਉਂਦੇ ਸਾਰਾ ਦਿਨ ਉਹਦੇ ਦਿਮਾਗ ਦੀਆਂ ਨਸਾਂ ਤਣੀਆਂ ਰਹਿੰਦੀਆਂ। ਯੂਨੀਅਨ ਦੀ ਰੈਲੀ 'ਚ ਉਹ ਸਭ ਤੋਂ ਉੱਚੀ ਨਾਅਰੇ ਮਾਰਦੀ ਤਾਂ ਕੁਝ ਸ਼ਾਂਤ ਹੁੰਦੀ ਨਹੀਂ ਤਾਂ ਉਹਨੂੰ ਦੰਦਲ ਪੈ ਜਾਂਦੀ। ਹੁਣ ਵੀ ਜਦੋਂ ਨਿਸ਼ਾਨ ਤੇ ਦੋ ਹੋਰ ਔਰਤਾਂ ਨਾਲ ਹੱਥਾਂ 'ਚ ਤੇਲ ਦੀਆਂ ਬੋਤਲਾਂ ਤੇ ਮੱਛਾਂ ਲੈ ਕੇ ਟੈਂਕੀ ਤੇ ਚੜੀ ਤਾਂ ਬੇहद ਅਸ਼ਾਂਤ ਸੀ। ਮਿੱਥੇ ਪ੍ਰੋਗਰਾਮ ਅਨੁਸਾਰ ਉਹਨਾਂ ਤੇਲ ਦੀਆਂ ਬੋਤਲਾਂ ਤੇ ਮੱਛਾਂ ਥੱਲੇ ਇਕੱਠੀ ਹੋਈ ਪੁਲਿਸ ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਦਿਖਾ ਕੇ ਖੁਦ ਨੂੰ ਅੱਗ ਲਗਾ ਲੈਣ ਦੀ ਧਮਕੀ ਦੇਣੀ ਸੀ ਉਹ ਪ੍ਰੈਸ ਵਾਲਿਆਂ ਨੂੰ ਦੱਸ ਕੇ ਟੈਂਕੀ ਤੇ ਚੜ੍ਹੇ ਸੀ ਇਸ ਲਈ ਛੇਤੀ ਉੱਥੇ ਚੰਗੀ ਭੀੜ ਜਮਾ ਹੋ ਗਈ ਪਰ ਭਾਵੁਕ ਹੋਈ ਰੇਖਾ ਨੇ ਬੋਤਲ ਚੋਂ ਤੇਲ ਆਪਣੇ ਕੱਪੜਿਆਂ ਤੇ ਡੋਲ ਲਿਆ ਥੱਲੇ ਹਫੜਾ ਦਫੜੀ ਮਚ ਗਈ ਨਿਸ਼ਾਨ ਤੇ ਦੂਜੀ ਔਰਤਾਂ ਅੰਦਰੋਂ ਖੁਸ਼ ਸੀ ਉਹਨਾਂ ਦਾ ਐਕਸ਼ਨ ਹੋਰ ਰੋਮਾਂਚ ਭਰਿਆ ਹੋ ਗਿਆ ਤੇ ਟੀਵੀ ਚੈਨਲਾਂ ਦੇ ਕੈਮਰਾਮੈਨ ਲਗਾਤਾਰ ਫਿਲਮ ਬਣਾ ਰਹੇ ਸੀ ਨਿਸ਼ਾਨ ਦੇ ਰੁਕਦਿਆਂ ਰੁਕਦਿਆਂ ਰੇਖਾ ਨੇ ਮਾਚਸ ਦੀ ਥਿਲੀ ਵੀ ਬਾੜ ਲਈ ਉਸ ਵੇਲੇ ਉਹ ਟੈਂਕੀ ਦੀ ਆਖਰੀਆਂ ਪੌੜੀਆਂ ਤੇ ਖੜੇ ਸੀ ਰੇਖਾ ਨਿਸ਼ਾਨ ਤੋਂ ਦੋ ਪੌੜੀਆਂ ਹੇਠਾਂ ਸੀ ਇੰਨੀ ਉਚਾਈ ਕਾਰਨ ਥੱਲੇ ਦੀ ਬਨੁਸਬਿਤ ਹਵਾ ਵੀ ਵੱਧ ਸੀ ਪਤਾ ਨਹੀਂ ਕਸੂਰ ਹਵਾ ਦਾ ਸੀ ਜਾਂ ਰੇਖਾ ਦੀ ਹਵਾ ਨਾਲ ਉੱਡੀ ਚੁੰਨੀ ਦਾ ਪਰ ਉਹ ਹੋ ਗਿਆ ਜਿਸ ਬਾਰੇ ਉਹਨੇ ਸੋਚਿਆ ਵੀ ਨਹੀਂ ਸੀ ਰੇਖਾ ਦੇ ਕੱਪੜਿਆਂ ਨੇ ਇੰਨੀ ਤੇਜ਼ੀ ਨਾਲ ਲੱਗ ਫੜੀ ਕਿ ਕਿਸੇ ਨੂੰ ਕੁਝ ਸੋਚਣ ਦਾ ਮੌਕਾ ਹੀ ਨਾ ਮਿਲਿਆ ਅੱਗ ਤੋਂ ਬਚਣ ਲਈ ਰੇਖਾ ਥੱਲੇ ਨੂੰ ਭੱਜੀ ਪਰ ਅੱਗ ਤਾਂ ਉਹਦੇ ਵजूद ਦੇਰ ਕਿਰਦ ਸੀ ਟੈਂਕੀ ਦੀਆਂ ਨਾ ਪੌੜੀਆਂ 'ਚ ਨਿਸ਼ਾਨ ਹੋ ਰੰਗੋਲ ਵੀ ਕੁਝ ਨਹੀਂ ਸੀ ਜਿਸ ਨਾਲ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਜ ਵੀ ਅੱਗ ਬਣ ਗਈ ਰੇਖਾ ਦਾ ਵजूद ਉਹਨਾਂ ਨਾਲੋਂ ਵੱਧ ਤੇਜ਼ੀ ਨਾਲ ਪੌੜੀਆਂ ਉਤਰ ਰਿਹਾ ਸੀ ਕੁਝ ਹੀ ਪਲਾਂ ਵਿੱਚ ਅੱਗ ਨੇ ਰੇਖਾ ਦੀ ਬਲੀ ਲੈ ਲਈ ਧਰਤੀ ਦੇ ਲੋਕਾਂ ਨੇ ਅੱਗ ਦੇ ਗੋਲੇ ਨੂੰ ਚੀਕਾਂ ਮਾਰਦੇ ਆਂ ਟੈਂਕੀ ਤੋਂ ਉਤਰਦੇ ਆਂ ਆਪਣੇ ਘਰਾਂ 'ਚ ਰਾਤ ਨੂੰ ਰੋਟੀ ਖਾਂਦੇ ਆਂ ਵੇਖਿਆ ਰੋਟੀ ਉਹਨਾਂ ਦੇ ਹਲਕਤੋਂ ਥੱਲੇ ਨਾ ਉਤਰੇ ਅੱਗ ਦਾ ਗੋਲਾ ਉਹਨਾਂ ਦੀ ਥਾਲੀ 'ਚ ਆ ਬੈਠਾ ਲੋਕਾਂ ਦਾ ਗੁੱਸਾ ਵੇਖ ਸਰਕਾਰ ਨੇ ਸੈਂਟਰ ਵਾਲਿਆਂ ਤੋਂ ਨੂੰ ਪੱਕੀ ਨੌਕਰੀ ਦੇਣ ਦਾ ਵਾਅਦਾ ਕਰ ਲਿਆ ਪਰ ਪਹਿਲਾਂ ਉਹਨਾਂ ਨੂੰ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਰਸ ਕਰਨਾ ਪਵੇਗਾ ਨਿਸ਼ਾਨ ਨੇ ਵੀ ਦੋ ਬਰੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਰਸ ਕੀਤਾ ਉਹਨਾਂ ਲਈ ਕੁਰਬਾਨੀ ਕਰਨ ਵਾਲੀ ਰੇਖਾ ਰਾਣੀ ਦੀ ਫੋਟੋ ਵੱਢੀ ਕਰਵਾ ਕੇ ਉਹਨੇ ਆਪਣੇ ਘਰ ਅੰਗਠੀ ਤੇ ਰੱਖ ਲਈ ਉਸ ਉੱਤੇ ਉਹਨੇ ਉਹਦਾ ਨਾਮ ਵੀ ਲਿਖਵਾਇਆ ਸ਼ਹੀਦ ਰੇਖਾ ਰਾਣੀ ਉਹਨੂੰ ਯਾਦ ਕਰਕੇ ਉਹ ਭਾਵੁਕ ਹੋ ਜਾਂਦਾ ਸੀ ਇੱਕ ਵਾਰ ਇਸੇ ਤਰ੍ਹਾਂ ਖੁਸ਼ਵੰਤ ਕੋਲੋਂ ਦੋ ਪੈਗ ਪੀ ਕੇ ਭਾਵਕ ਹੋ ਉਹਨੇ ਦੱਸਿਆ ਸੀ ਸਰ ਕੀ ਦਸੀ ਤੁਹਾਨੂੰ ਗਲਤੀ ਰੇਖਾ ਦੀ ਆਪਣੀ ਸੀ ਮੈਂ ਉਹਨੂੰ ਕਿਹਾ ਸੀ ਮਿੱਟੀ ਦਾ ਤੇਲ ਲੈਣਾ ਮਿੱਟੀ ਦੇ ਤੇਲ ਨੂੰ ਛੇਤੀ ਅੱਗ ਨਹੀਂ ਲੱਗਦੀ ਉਹਨੂੰ ਮਿੱਟੀ ਦਾ ਤੇਲ ਮਿਲਿਆ ਨਹੀਂ ਉਹ ਘਰ ਵਾਲੇ ਦੇ ਮੋਟਰਸਾਈਕਲ ਚੋਂ ਪੈਟਰੋਲ ਕੱਢ ਲਈ ਪੈਟਰੋਲ ਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਛੇਤੀ ਅੱਗ ਫੜਦਾ ਕੋਰਸ ਦੌਰਾਨ ਵੀ ਨਿਸ਼ਾਨ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਵਕਤ ਪਾਈ ਰੱਖਿਆ ਅਜੇ ਵੀ ਆਪਣੀ ਛੋਟੀ ਤੋਂ ਛੋਟੀ ਮੰਗ ਬਣਵਾਉਣ ਲਈ ਸ਼ਹਿਰ ਦੀ ਕਿਸੇ ਨਾ ਕਿਸੇ ਟੈਂਕੀ ਤੇ ਚੜ ਜਾਂਦਾ ਸੀ ਉੱਥੋਂ ਕੁਝ ਪੱਤਰਕਾਰਾਂ ਤੇ ਚੈਨਲ ਵਾਲਿਆਂ ਨੂੰ ਫੋਨ ਕਰ ਦਿੰਦਾ ਲੋਕ ਇਕੱਠੇ ਹੋ ਜਾਂਦੇ ਰੇਖਾ ਰਾਣੀ ਦੇ ਸੜਕੇ ਮਰਨ ਵਾਲੀ ਘਟਨਾ ਤੋਂ ਘਬਰਾਏ ਪ੍ਰਸ਼ਾਸਨ ਨੂੰ ਉਹਨੂੰ ਥੱਲੇ ਉਤਾਰਨ ਲਈ ਕੋਈ ਨਾ ਕੋਈ ਵਾਦਾ ਕਰਨਾ ਪੈਂਦਾ ਅਫਸਰਾਂ ਦਾ ਗੁੱਸਾ ਸੀ ਆਈਡੀ ਉੱਤੇ ਉਤਰਦਾ ਜਿਨ੍ਹਾਂ ਕੋਲ ਨਿਸ਼ਾਨ ਦੀਆਂ ਸਰਗਰਮੀਆਂ ਬਾਰੇ ਸਹੀ ਰਿਪੋਰਟਾਂ ਨਹੀਂ ਸੀ ਹੁੰਦੀਆਂ ਉਹ ਨਿਸ਼ਾਨ ਨੂੰ ਕੋਈ ਜਾਣਕਾਰੀ ਲੈਣ ਲਈ ਫੋਨ ਕਰਦੇ ਜਾਂ ਮਿਲਦੇ ਤੇ ਨਿਸ਼ਾਨ ਉਹਨਾਂ ਨੂੰ ਪੱਲਾ ਨਾ ਖੜਾਉਂਦਾ ਜੋ ਜੇ ਕੁਝ ਦੱਸਦਾ ਵੀ ਤਾਂ ਝੂਠ ਨਿਕਲਦਾ ਇਸੇ ਲਈ ਅਫਸਰਾਂ ਦੀਆਂ ਗਾਲਾਂ ਦੇ ਸਤੇਸੀ ਆਈ.ਡੀ ਦੇ ਸਪਾਹੀਆਂ ਨੇ ਇੱਕ ਦਿਨ ਨਿਸ਼ਾਨ ਨੂੰ ਬਾਗ ਚ ਢਾਕੇ ਚੰਗੀ ਤਰ੍ਹਾਂ ਕੁੱਟਿਆ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਨਿਸ਼ਾਨ ਜਦੋਂ ਮਰਜੀ ਆਪਣੇ ਕਾਲਜ ਦੇ 200 ਮੁੰਡੇ ਕੁੜੀਆਂ ਨੂੰ ਸੜਕ ਦੇ ਵਿੱਚ ਘਾਰ ਧਰਨੇ ਤੇ ਬਿਠਾ ਸਕਦਾ ਸੀ ਇਸ ਤੋਂ ਬਿਨਾਂ ਸ਼ਹਿਰ ਦੀਆਂ ਸਾਰੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਸੀਲ ਕਰਤਾ ਗਿਆ ਪਰ ਨਿਸ਼ਾਨ ਨੇ ਆਪਣੀ ਕੁੱਟ ਦਾ ਬਦਲਾ ਲੈਣ ਲਈ ਧਰਦਾ ਧਰਨਾ ਨਾ ਲਵਾਇਆ ਕੋਰਸ ਕਰਨ ਪਿੱਛੋਂ ਵੀ ਨਿਸ਼ਾਨ ਨੂੰ ਅਜੇ ਤੱਕ ਪੱਕੀ ਨੌਕਰੀ ਨਹੀਂ ਮਿਲੀ ਸਰਕਾਰ ਦੇ ਵਾਅਦੇ ਵੀ ਇਸ ਧਰਤੀ ਦੇ ਲੋਕਾਂ ਦੀ ਯਾਦਸ਼ਕਤੀ ਵਰਗੇ ਹੀ ਸਨ ਦੋ ਵਰਿਆਂ ਵਿੱਚ ਨਿਸ਼ਾਨ ਨੂੰ ਛੱਡ ਕੇ ਸਭ ਲੋਕਾਂ ਦੀ ਯਾਦਦਾਸ਼ਤ ਵਿੱਚੋਂ ਰੇਖਾ ਰਾਣੀ ਨਿਕਲ ਗਈ ਸਰਕਾਰ ਨੂੰ ਆਪਣੀ ਪੱਕੀ ਨੌਕਰੀ ਦਾ ਵਾਅਦਾ ਭੁੱਲ ਗਿਆ ਹੁਣ ਵੀ ਉਹ ਕਦੇ-ਕਦੇ ਕਿਸੇ ਨਾ ਕਿਸੇ ਟੈਂਕੀ ਉੱਤੇ ਚੜਨ ਦੀ ਯੋਜਨਾ ਮਨ ਹੀ ਮਨ ਬਣਾਉਂਦਾ ਹੈ ਸਰ ਜੀ ਟੈਂਕੀ ਤੇ ਚੜਨਾ ਤਾਂ ਹੁਣ ਮੁਸ਼ਕਲ ਆ ਪੁਲਿਸ ਚੌਕਸੀ ਰੱਖਣ ਲੱਗ ਪਈ ਆ ਹਰ ਵੇਲੇ ਮੈਂ ਇੱਕ ਦਿਨ ਪੁਰਾਣੀ ਮਸੀਤੇ ਵੀ ਗਿਆ ਸੀ ਕਿੰਨਾ ਉੱਚਾ ਮਨਾਰਾ ਉਹਦਾ ਸਰ ਮੈਂ ਬਥੇਰੀਆਂ ਮਿੰਤਾ ਕੀਤੀਆਂ ਪਰ ਮੌਲਵੀ ਨੇ ਤਾਲਾ ਹੀ ਨਹੀਂ ਖੋਲਿਆ ਕੋਈ ਹੋਰ ਇਮਾਰਤ ਦੱਸੋ ਜਿੱਤੇ ਤੇ ਚੜਿਆ ਜਾ ਸਕਦਾ ਹੋਵੇ ਪਿਛਲੀ ਵਾਰ ਉਹਨੇ ਪੁੱਛਿਆ ਸੀ ਹੁਣ ਤਾਂ ਤੂੰ ਉਹਨਾਂ ਵਾਅਦਿਆਂ ਤੇ ਚੜ ਸਕਦਾ ਹੈ ਜਿਹੜੇ ਸਰਕਾਰ ਨੇ ਤੁਹਾਡੇ ਨਾਲ ਕੀਤੇ ਸੀ ਉਦੋਂ ਤੁਸੀਂ ਸਰਕਾਰ ਦਾ ਇਤਬਾਰ ਕਰ ਲਿਆ ਸੀ ਹੁਣ ਭੁੱਗ ਤੋ ਖੁਸ਼ਵੰਤ ਨੇ ਕਿਹਾ ਨਿਸ਼ਾਨ ਫਿੱਕਾ ਜਿਹਾ ਹੱਸ ਕੇ ਚੁੱਪੋ ਕਰ ਗਿਆ ਖੁਸ਼ਵੰਤ ਨੂੰ ਨਿਸ਼ਾਨ ਪਸੰਦ ਸੀ ਇਸੇ ਲਈ ਉਹਨਾਂ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨਾਲ ਉਹਦਾ ਸੰਪਰਕ ਉਹਨਾਂ ਦੀ ਪੜ੍ਹਾਈ ਮੁੱਕਣ ਤੋਂ ਬਾਅਦ ਵੀ ਹੈ ਉਹਦੇ ਵਾਰ ਵੀ ਨੇਜ਼ਿਆਂ ਵਰਗੇ ਸਿੱਧੇ ਹੋ ਸਕਦੇ ਸਨ ਉਹ ਵੀ ਇਸ ਧਰਤੀ ਦੇ ਹੋਰ ਮੁੰਡਿਆਂ ਵਾਂਗ ਕਿਸੇ ਉਜਾੜ ਚ ਟੀਕਿਆਂ ਦੇ ਸੰਗ ਸਾਥ ਵਿੱਚ ਡਿੱਗਿਆ ਮਿਲ ਸਕਦਾ ਸੀ ਪਰ ਉਹ ਕੁਝ ਵੱਖਰੀ ਮਿੱਟੀ ਦਾ ਸੀ ਬੇਸ਼ੱਕ ਉਹਦੀ ਮਿੱਟੀ ਖੁਸ਼ਵੰਤ ਦੇ ਜ਼ਮਾਨੇ ਦੇ ਗੱਬਰੂਆਂ ਵਰਗੀ ਨਹੀਂ ਸੀ ਜਿਹੜੇ ਸਿੱਧੇ ਵੈਰੀ ਦੀ ਹਿੱਕ 'ਚ ਵੱਜਣ ਲਈ ਤਿਆਰ ਹੁੰਦੇ ਸਨ ਜੋ ਵੀ ਸੀ ਉਹਦੀ ਵੱਖਰੀ ਮਿੱਟੀ ਖੁਸ਼ਵੰਤ ਨੂੰ ਪਸੰਦ ਸੀ ਖੁਸ਼ਵੰਤ ਦਾ ਆਪਣਾ ਇਲਾਕਾ ਦਰਿਆ ਦੀ ਮਿੱਟੀ ਵਾਲਾ ਹੈ ਹਜ਼ਾਰਾਂ ਲੱਖਾਂ ਵਰਿਆਂ ਤੋਂ ਦਰਿਆ ਹਰ ਬਰੇ ਆਪਣੀ ਮਿੱਟੀ ਸਮੇਤ ਕੰਡਿਆਂ ਤੋਂ ਬਾਹਰ ਆਉਂਦਾ ਸੀ ਧਰਤੀ ਉੱਤੇ ਦੂਰ ਦੂਰ ਤੱਕ ਨਵੀਂ ਮਿੱਟੀ ਵਿਛਾ ਕੇ ਮਿੱਟੀ ਨੂੰ ਨਵਾਂ ਕਰ ਦਿੰਦਾ ਸੀ ਪਰ ਫਿਰ ਦਰਿਆ ਨੂੰ ਬੰਨ ਦਿੱਤਾ ਗਿਆ ਲੋਕ ਇਹਨੂੰ ਤੁਸੀ ਬੰਨ ਕਹਿੰਦੇ ਸੀ ਦਰਿਆ ਉੱਤੇ ਵਕਤ ਦੀ ਧੁੱਸ ਹੀ ਸੀ ਇਹ ਬੰਨ ਪਹਿਲਾਂ ਦਰਿਆ ਦੇ ਲੋਕਾਂ ਵਿੱਚ ਪੀਰ ਸ਼ਾਇਨਾਇਤ ਸੀ ਹੁਣ ਤੁਸੀ ਬੰਨ ਆ ਗਿਆ ਪੀਰ ਸ਼ਾਇ ਨਾ ਇਹ ਤੇ ਵੇਲਾ ਹੋ ਗਿਆ ਕੁਝ ਵਰਿਆਂ ਵਿੱਚ ਇਲਾਕੇ ਦੀ ਮਿੱਟੀ ਬੇਹੀ ਹੋ ਗਈ ਹੁਣ ਇਹ ਬੇਹੀ ਮਿੱਟੀ ਵੇਖਣ ਨੂੰ ਵੀ ਮੈਲੀ ਲੱਗਦੀ ਹੈ ਇਸੇ ਲਈ ਮੀਂਹ ਪੈਣ ਤੇ ਇਹਦੇ ਵਿੱਚੋਂ ਪਹਿਲਾਂ ਵਾਲੀ ਮਹਿਕ ਆਉਣੀ ਬੰਦ ਹੋ ਗਈ ਹੈ ਮੈਲੀ ਮਿੱਟੀ ਮੀਆਂ ਵਿੱਚ ਵੀ ਨਹੀਂ ਨਿੱਖਰਦੀ ਖੁਸ਼ਵੰਤ ਨੂੰ ਯਾਦ ਹੈ ਕਵਿਤਾ ਜਦੋਂ ਦੀ ਦੋਸਤ ਬਣੀ ਸੀ ਤਾਂ ਆਖਿਆ ਕਰਦੀ ਸੀ ਮੈਨੂੰ ਤੁਹਾਡੇ ਇਲਾਕੇ ਦੇ ਲੋਕਾਂ ਦੀ ਪਛਾਣ ਆ ਜਾਂਦੀ ਹੈ ਤੁਰਦਿਆਂ ਇਦਾਂ ਟਿਕਾ ਕੇ ਪੈਰ ਧਰਤੀ ਤੇ ਰੱਖਣਗੇ ਜਿੱਦਾਂ ਥੱਲੇ ਬਹੁਤ ਚਿੱਕੜ ਹੋਇਆ ਹੋਵੇ ਪਈ ਸਾਨੂੰ ਚੀਕਣੀ ਮਿੱਟੀ ਤੇ ਤੁਰਨ ਦੀ ਆਦਤ ਆ ਅਸੀਂ ਚੀਕਣੀ ਮਿੱਟੀ ਵਾਲੇ ਇਲਾਕੇ ਚ ਜੰਮੇ ਆ ਇਸ ਲਈ ਇਦਾਂ ਤੁਰਦੇ ਆ ਸਾਬਤ ਕਦਮੀ ਤੇ ਜੇ ਕਿਤੇ ਬਰਸਾਤਾਂ ਚ ਤੂੰ ਸਾਡੇ ਇਲਾਕੇ ਚ ਆ ਜਾਈਂ ਤੂੰ ਤਾਂ ਉਦਾਂ ਹੀ ਤਿਲਕ ਤਿਲਕ ਕੇ ਡਿੱਗਦੀ ਫਿਰੇ ਧੰਨਵਾਦ ਚਲਦਾ